ਆਖੋ ਤਾਂ ਹੁਣ ਜਨਾਬ ਹੁਸੈਨ ਵਾਲੇ ਪਾਸੇ ਰੁਖ ਕਰੀਏ। ਜਿਹੜਾ ਅਬਾਸ ਦੇ ਸਰਦਾਰ ਹੋਵੇ, ਇੱਕ ਸਿਰਾਕੀ ਕਲਾਮ ਹੁਣ ਤੁਸੀਂ ਉਰਦੂ ਪੜ੍ਹਿਆ, ਤੁਸੀਂ ਉਰਦੂ ਕਮਾਲ ਸੁਣਾ, ਇਹ ਨਹੀਂ ਬਈ ਉਰਦੂ 'ਚ ਕੋਈ ਕਮੀ ਰਹੀ ਹੈ, ਲੇਕਿਨ ਸਿਰਾਕੀ ਸਾਡੀ ਆਪਣੀ ਚੁੱਕੇ ਜ਼ਬਾਨ ਹੈ ਤਾਂ ਇੱਕ ਕਲਾਮ, ਲੇਕਿਨ ਬਹੁਤ ਅਦਬ ਦਾ ਕਲਾਮ, ਬਹੁਤ ਪਿਆਰਾ ਕਲਾਮ। ਕੋਈ ਪੁੱਛੇ ਕਿ ਹੁਸੈਨ ਕੌਣ ਹੈ, ਕੋਈ ਪੁੱਛੇ ਹੁਸੈਨ ਕਿਆ ਹੈ, ਤਾਂ ਪਤਾ ਹੈ ਅੰਦਰੋਂ ਜਵਾਬ ਕੀ ਮਿਲਦਾ ਹੈ। ਮੈਂ ਪਿਆਦਾ ਹੁਸੈਨ, ਕੌਣ ਸੈਨ, ਥੋੜਾ ਉੱਚਾ ਕਰ ਲਈ ਹੈ, ਕੌਣ ਸੈਨ, ਜ਼ਰਾ ਜਵਾਬ ਦੀ ਪਹਿਲੀ ਲਤਾਫਤ ਤੇ ਗੌਰ ਕਰੇ। ਮੈਂ ਬਾਤ ਪਿਆ ਕਰੇ ਨਾ ਹੁਸੈਨ ਕਾ ਬੇਟਾ ਕੇ ਬਿਨਾਂ ਕਾਬਾ, ਦੁੱਖ ਲਵੇ ਸੀ ਉਹ ਬੰਦਾ ਜਿਹਦਾ ਖੈਰਾਤ ਵਾਲਾ ਹੱਥ ਨਾ ਉੱਠੀ ਸੀ। ਹੁਸੈਨ ਕਾਬੇ ਦਾ ਕਿਬਲਾ ਕਾ, ਹੁਸੈਨੀ ਮੌਜੂਦ ਹੋ ਭਾਵੇਂ ਸੁੰਨੀ ਹੋ ਤੇ ਭਾਵੇਂ ਸ਼ੀਆ ਹੋ, ਆਪਣੇ ਪੀਰ ਸ਼ਬੀਰ ਦੇ ਜ਼ਿਕਰ ਦੀ ਕਦਰ ਕੀਤੀ ਕਰ। ਮੈਂ ਸਤਰ ਪੇਸ਼ ਕੀਤੀ ਏ ਹੁਸੈਨ ਕਾਬੇ ਦਾ ਕਿਬਲਾ ਕਾਬਾ, 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 ਹੁਸੈਨ ਸਿਮਤ ਦੀ ਆ ਗਈ ਦੀ ਆ ਗਈ ਹੈ। ਅਜ਼ਾਨ ਚ ਇੱਕ ਜੁਮਲਾ ਹਰ ਵੇਲੇ ਉਹ ਕੰਨਾਂ ਤੇ ਆਉਂਦਾ, ਇਮਾਮ ਅਲ ਮੁਤਕੀ, ਮੁਤਕੀਆਂ ਦਾ ਇਮਾਮ, ਮੁਤਕੀ ਹੈ ਤਕਵੇ ਤੋਂ ਤੇ ਮਾਸੂਮੀਨ ਦੇ ਫਰਾਮੀਨ ਚ ਔਰ ਨਬੀ ਦੀ ਅਹਾਦੀਸ ਚ ਮੁਤਕੀ ਦਾ ਬੜਾ ਰੁਤਬਾ ਹੈ, ਮੁਤਕੀ ਦਾ ਬੜਾ ਮਕਾਮ ਹੈ। ਜ਼ਰਾ ਸਿਰ ਚਾਵੇ ਮਿਸਰਸਾਨੀ ਮੁਲਾਜ਼ਾ, ਹੁਸੈਨ ਕਾਬੇ ਦਾ ਕਿਬਲਾ ਕਾਬਾ, ਹੁਸੈਨ ਕਾਬੇ ਦਾ ਕਿਬਲਾ ਕਾਬਾ, ਹੁਸੈਨ ਇਸਮਤ ਦੀ ਆ ਗਈ ਹੈ, ਹੁਸੈਨ ਤਕਵੇ ਤੇ ਤੂੰ ਪਹਿਲੇ, ਹੁਸੈਨ ਤਕਵੇ ਤੇ ਤੂੰ ਪਹਿਲੇ, ਹੁਸੈਨ ਤਕਵੇ ਤੇ ਤੂੰ ਪਹਿਲੇ, ਸਮਾਜ ਵਹਾਦਤ ਦਾ ਮੁਤਕੀ ਹੈ। ਤੂੰ ਜਿਵੇਂ ਮਾਲਿਕ ਸਲਾਮਤ ਰੱਖੇ, ਜਿਹਨਾਂ ਦੇ ਜਜ਼ਬੇ ਕੁਝ ਕਮਜ਼ੋਰ ਥੀਂਦੇ ਪਏ ਹੁੰਦੇ, ਇਹ ਜੇ ਜਵਾਨ ਨਾਰਾ ਲਗਾ ਕੇ ਉਹਨਾਂ ਦੇ ਜਜ਼ਬਾਂ ਨੂੰ ਰੀਚਾਰਜ ਉਹ ਕਰ ਛੋੜਦੇ ਤੇ ਮੈਂ ਉਹ ਸਬੂਤ ਚਾਸਾ, ਬੰਦੇ ਤਾਰੀਫ ਕਰਦੇ ਸਾਡਾ ਪੀਰ ਉਹ ਫਲਾਂ ਜਗ੍ਹਾ ਤੇ ਗਿਆ, ਇਹ ਹੋ ਗਿਆ, ਯੂ ਹੋ ਗਿਆ, ਵੂ ਹੋ ਗਿਆ। ਲਓ ਜਨਾਬ, ਦੁਨੀਆ ਆਪਣੇ ਆਪ ਪੀਰਾਂ ਦੀ ਤਾਰੀਫ ਕਰਕੇ ਉੱਚਾ ਚਾ ਕੇ ਕਿੱਥੇ ਪਹੁੰਚੇ ਦਿਲ, ਤੇ ਜਿਹਦਾ ਹੋਵੇ ਹੁਸੈਨ। ਇਸੇ ਹੁਸੈਨ ਦਾ ਵਾਸਤਾ ਹੀ ਨੁਕਤਾ ਜ਼ਿਹਨ ਚ, ਜੋ ਸਾਡਾ ਪੀਰ ਉਹ ਫਲਾਂ ਨਗਰੀ ਚ ਗਿਆ ਤੇ ਕਮਾਲ ਹੋ ਗਈ, ਫਲਾਂ ਜਗ੍ਹਾ ਤੇ ਗਿਆ ਅਖੀਰ ਹੋ ਗਈ। ਮੈਂ ਤਾਰੀਖ ਦਾ ਵਰਕਾ ਖੁੱਲੇਦਾ ਤੇ ਸ਼ਬੀਰ ਦੀ ਇੱਕ ਜਗ੍ਹਾ ਤੇ ਆਮਦ ਫਿਰਦਾ ਤੇ ਉਹਦੇ ਅਸਰਾਤ ਪਵਦਾ। ਹੁਸੈਨ ਪੁੱਤੇ ਨਬੀ ਤੇ ਆਵੇ ਰਸੂਲ ਸਜਦਾ ਵਦਾ ਛੁੜੇ
ਇੱਥੋਂ ਕਲਾਮ ਸੁਣਨ ਵਾਲੇ ਨਿਆਜ਼ ਹੁਸੈਨ ਸ਼ੇਰ ਮੁਕੰਮਲ ਕਰਦੇ ਵੀ رسول تے حسین دا معاملہ سنائی تے ہن اللہ تے حسین دا معاملہ پڑھوں چا اللہ تے حسین دا تعلق کی ہے ربط کی ہے بیٹھے کھلوتے شیعہ تے سنی بچے تے جوان تے بزرگ نیاز حسین کہنا تو فخر رنگ دا شیر پیغام کسے دو کے یہ سارے ہیں محمد اچھا لفظ زندگی آئے تے زندگی دے متعلق ذہن وچ سوال پیدا ہوندا ہے کہ زندگی ہوندی ہے مختلف کہندی کتنی تے کہندی کتنی آج کل اوسط عمر او 65 سال ہے پرانے وقتا چ ہزاراں ہزاراں سال وی زندگی رہی تے میں پڑھی ہے شبیر دی زندگی اگر آنکھیں تا اس حویلی کرنگے دے علاقے چ میں شبیر دی زندگی دساں جو کتنی ہے حسین بڑے عجیب زاویے دا شعر تائیں تے میں پیا تھا شیر مکمل کریے حسین دی زندگی نہ پوچھ دے کنڑ تو کہ تئی ہے کیا دساں حسین دی زندگی نہ پوچھ دے کنڑ تو کہ تئی کھولیے
حسین علی چلو بھائی ہمت چیک کرو حسین